ਟਾਸਕ ਫੋਰਸ ਟੀਮ ਦਾ ਵੱਡਾ ਐਕਸ਼ਨ। ਤੁਹਾਡੇ ਤੇ ਵੀ ਹੋ ਸਕਦੀ ਹੈ ਕਾਰਵਾਈ। ਜ਼ਿਲ੍ਹਾ ਟਾਸਕ ਫੋਰਸ ਟੀਮ ਰੂਪਨਗਰ ਵੱਲੋਂ ਮਰਿੰਡਾ ਸ਼ਹਿਰ 'ਚ ਵੱਖ ਵੱਖ ਦੁਕਾਨਦਾਰਾਂ ਅਤੇ ਵਪਾਰਕ ਥਾਵਾਂ ਦੀ ਬਾਲ ਮਜ਼ਦੂਰੀ ਨੂੰ ਲੈ ਕੇ ਚੈਕਿੰਗ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਰਤ ਇੰਸਪੈਕਟਰ ਮੈਡਮ ਹਰਪ੍ਰੀਤ ਕੌਰ ਰੂਪਨਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 11 ਜੂਨ ਤੋਂ ਲੈ ਕੇ 21 ਜੂਨ 2024 ਤੱਕ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਮਰਿੰਡਾ ਸ਼ਹਿਰ ਵਿੱਚ ਦੇਵਗਨ ਕਲੌਥ ਹਾਊਸ ਤੇ ਬਿੱਲੇ ਦੀ ਹੱਟੀ ਅਤੇ ਪ੍ਰੀਤ ਸਵੀਟ ਤੇ ਹੋਰ ਵਪਾਰਕ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ, ਜਿਸ ਦੌਰਾਨ ਦੇਵਗਨ ਕਲੌਥ ਹਾਊਸ ਅਤੇ ਬਿੱਲਾ ਕੱਪੜਿਆਂ ਵਾਲਿਆਂ ਦੀ ਹੱਟੀ ਦੀ ਦੁਕਾਨ ਤੋਂ 2 ਕਿਸ਼ੋਰ ਬਾਲ ਮਜ਼ਦੂਰੀ ਮੁਕਤ ਕਰਵਾਏ ਗਏ ਨੇ। ਉਹਨਾਂ ਦੱਸਿਆ ਕਿ ਜਿਸ ਤਹਿਤ ਹਰ ਰੋਜ਼ ਤਹਿਸੀਲ ਰੂਪਨਗਰ ਮਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਅਚਨਚੇਤ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਕੋਹੜ ਤੋਂ ਬਚਾ ਕੇ ਉਹਨਾਂ ਦਾ ਭਵਿੱਖ ਸੁਨਹਿਰੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 18 ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚਿਆਂ ਨੂੰ ਆਪਣੀਆਂ ਦੁਕਾਨਾਂ 'ਤੇ ਕੰਮ ਲਈ ਨਾ ਰੱਖਿਆ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਡਾਕਟਰ ਰਿੰਪਲ ਗਰਗ, ਡਾਕਟਰ ਮਨਦੀਪ ਕੌਰ, ਸਿਹਤ ਵਿਭਾਗ ਹਰਪ੍ਰੀਤ ਕੌਰ, ਗੁਰਜੀਤ ਕੌਰ, CDPO ਦਫ਼ਤਰ ਮਰਿੰਡਾ, ASI ਸੁਰਜੀਤ ਸਿੰਘ, ਸਿਟੀ ਥਾਣਾ ਮਰਿੰਡਾ, ਕਿਰਨਵੀਰ ਸਿੰਘ, CDPO ਦਫ਼ਤਰ ਆਦਿ ਵੀ ਹਾਜ਼ਰ ਰਹੇ। ਜਿਹੜੀ ਤੁਸੀਂ ਮਰਿੰਡੇ ਚੈਕਿੰਗ ਕੀਤੀ ਹੈ, ਇਹਦੇ ਦੌਰਾਨ ਜਿਹੜੇ ਕਿੰਨੇ ਬੱਚਿਆਂ ਤੁਸੀਂ ਜਿਹੜੇ ਘੱਟ ਉਮਰ ਦੇ ਜਿਹੜੇ ਬੱਚੇ ਹੋ? ਸਰ, ਅੱਜ ਅਸੀਂ ਕਰ ਰਹੇ ਹਾਂ ਬਾਲ ਮਜ਼ਦੂਰੀ ਦੀ ਰੋਕਥਾਮ ਦੇ ਬਾਰੇ ਚਰਚਾ ਕਰ ਰਹੇ ਹਾਂ। ਮੇਰੇ ਨਾਲ ਵੱਖ ਵੱਖ ਡਿਪਾਰਟਮੈਂਟਸ ਤੋਂ ਕੰਸਰਨ ਟੀਮ ਮੈਂਬਰ ਨੇ ਜੀ, ਇਹਨਾਂ ਦਾ ਅਲੱਗ ਅਲੱਗ ਟਾਸਕ ਹੈ। ਔਰ ਅੱਜ ਅਸੀਂ ਸ਼ਹਿਰ ਦੇ ਵਿੱਚ ਰੈਂਡਮ ਚੈਕਿੰਗ ਕੀਤੀ ਹੈ, ਜਿੱਥੇ ਕਿ ਸਾਨੂੰ 2 ਐਡੋਲੈਸੈਂਟਸ ਮਿਲੇ ਹੈ ਐਜ਼ ਆਫ ਨਾਓ, ਅਤੇ ਬਾਕੀ ਚੈਕਿੰਗ ਹਾਲੇ ਕੰਟੀਨਿਊ। ਜਿਹੜੇ ਬੱਚੇ ਤੁਸੀਂ ਉਹ ਕੀਤੇ ਹੁਣ ਉਹਨਾਂ ਨੂੰ ਕਿੱਥੇ ਲੈ ਕੇ ਜਾਓਗੇ? ਸਰ, ਉਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ CWCD ਆਫਿਸ ਲੈ ਕੇ ਜਾਵਾਂਗੇ, ਜੋ ਕਿ ਉਹਨਾਂ ਦੇ ਨੈਕਸਟ ਕੰਸਲਟੇਸ਼ਨ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਮਰਿੰਡਾ ਤੋਂ ਗੁਰਮੀਤ ਸਿੰਘ ਚੋਪੜਾ ਦੀ ਵਿਸ਼ੇਸ਼ ਰਿਪੋਰਟ।